ਬਾਬਾ ਜਿਹੜੀ ਅੱਜ ਮੀਟਿੰਗ ਬੁਲਾਈ ਗਈ ਆ ਤੁਹਾਡੇ ਵੱਲੋਂ ਇਹ ਕਿਸ ਸੰਬੰਧ ਦੇ ਵਿੱਚ ਤੁਸੀਂ ਗੱਲ ਕਰਨੀ ਚਾਹ ਰਹੇ ਹੋ? ਅਸੀਂ ਸਾਡੇ ਜੋ ਪੰਜਾਬ ਦੇ ਮੁੱਖ ਮੰਤਰੀ ਨੇ ਚਰਨਜੀਤ ਚੰਨੀ ਜੀ ਉਹਨਾਂ ਦੀ ਸ਼ਲਾਘਾ ਕਰਨੀ ਚਾਹੁੰਦੇ ਹਾਂ। ਸਾਰਿਆਂ ਤੋਂ ਪਹਿਲਾਂ ਉਹਨਾਂ ਨੂੰ ਲੱਖ ਲੱਖ ਵਧਾਈਆਂ ਨੇ। ਦੂਜੀ ਗੱਲ ਇਹ ਆ ਵੀ ਨੀਚੋਂ ਊਚ ਕਰੇ ਮੇਰਾ ਗੋਬਿੰਦ ਕਾਹੂ ਦੇ ਨਾ ਡਰੇ, ਗੁਰਸੇਵਾ ਅਤੇ ਭਗਤ ਕਮਾਏ ਤਬ ਇਹ ਮਾਨਸ ਦੇਹੀ ਪਾਈ। ਉਹਨਾਂ ਨੇ ਇਸ ਸੰਸਾਰ ਦੇ ਵਿੱਚ ਜਨਮ ਲੈ ਕੇ ਜਦੋਂ ਤੋਂ ਵੀ ਚਾਹੇ ਉਹ ਆਜ਼ਾਦ ਇਲੈਕਸ਼ਨ ਲੜੇ ਜਿੱਤੇ, ਅੱਜ ਸਤਿਗੁਰਾਂ ਨੇ ਉਹਨਾਂ ਨੂੰ ਬਹੁਤ ਵੱਡਾ ਦਰਜਾ ਦਿੱਤਾ, ਪੰਜਾਬ ਦੇ ਮੁੱਖ ਮੰਤਰੀ ਬਣਾਇਆ। ਗਰੀਬ ਘਰ ਦੇ ਵਿੱਚੋਂ ਉੱਠ ਕੇ ਉਹਨਾਂ ਨੇ ਬਹੁਤ ਵੱਡਾ ਰੁਤਬਾ ਮਿਲਿਆ। ਉਹਦੇ ਵਿੱਚ ਅੱਜ ਸਾਡੇ ਜੋ ਪੰਜਾਬ ਦੇ ਗਰੀਬ ਵਰਗ ਦੇ ਲੋਕ ਨੇ, BC ਦੇ ਵਰਗ ਦੇ ਲੋਕ ਨੇ, ਉਹਨਾਂ ਨੂੰ ਬਹੁਤ ਵੱਡੀ ਇੱਕ ਸਹੂਲਤ ਦਿੱਤੀ ਆ। ਜਿਹਦੀ ਸਹੂਲਤ ਇਹ ਸੀ ਕਿ ਜਦੋਂ ਕਿ ਬਿਜਲੀ ਦੇ ਬਿੱਲ ਬਹੁਤ ਆਉਂਦੇ ਸੀਗੇ, ਕਈ ਐਸੇ ਗਰੀਬ ਲੋਕ ਸੀ ਜਿਨ੍ਹਾਂ ਤੋਂ ਬਿਜਲੀ ਬਿੱਲ ਨਹੀਂ ਭਰਾਏ ਗਏ ਸੀਗੇ, ਅਤੇ ਸਾਡੇ ਮੁੱਖ ਮੰਤਰੀ ਸਾਹਿਬ ਜੀ ਨੇ ਬਹੁਤ ਵੱਡਾ ਉਪਰਾਲਾ ਕੀਤਾ ਕੈਬਨਿਟ ਮਿਨਿਸਟਰਾਂ ਨੇ ਕਿ ਪੰਜਾਬ ਦੇ ਵਿੱਚ ਜਿਹੜੇ ਗਰੀਬ ਵਰਗ ਲੋਕ ਨੇ, SC ਅਤੇ BC ਦੇ ਲੋਕ ਨੇ, ਉਹਨਾਂ ਦਾ ਜਿੰਨਾ ਵੀ ਬਿਜਲੀ ਬਿੱਲ ਵਾ ਉਹ ਮਾਫ਼ ਕੀਤਾ ਜਾਵੇ ਅਤੇ ਉਹਨਾਂ ਦੇ ਜਿਹੜੇ ਮੀਟਰ ਆ ਉਤਾਰੇ ਹੋਏ ਨੇ ਉਹ ਲਵਾਏ ਜਾਣ। ਇਸ ਕਰਕੇ ਮੈਂ ਬਹੁਤ ਧੰਨਵਾਦੀ ਹਾਂ ਸਾਡੇ ਮੁੱਖ ਮੰਤਰੀ ਜੀ ਦਾ, ਜਿਹਨੇ ਗਰੀਬਾਂ ਦੀ ਬਾਂਹ ਫੜੀ ਆ। ਇਹੋ ਜਿਹੇ ਮੁੱਖ ਮੰਤਰੀ ਜੇ ਕਿਤੇ ਪਹਿਲਾਂ ਤੋਂ ਸਾਨੂੰ ਮਿਲਦੇ ਆ ਸਾਡਾ ਪੰਜਾਬ ਜਿਹੜਾ ਸੋਨੇ ਦੀ ਚਿੜੀ ਬਣ ਜਾਣਾ ਸੀਗਾ। ਬਾਬਾ ਜੀ ਮੈਂ ਤੁਹਾਨੂੰ ਇੱਕ ਗੱਲ ਹੋਰ ਪੁੱਛਣੀ ਚਾਹੁੰਦਾ ਵੀ ਜਦੋਂ ਤੱਕ ਹਰ ਚੀਜ਼ ਜਿਹੜੀ ਆ ਉਹ ਮੁਫ਼ਤ ਸਰਕਾਰਾਂ ਵੱਲੋਂ ਨਹੀਂ ਸੀ ਦਿੱਤੀ ਜਾਂਦੀ ਉਦੋਂ ਤੱਕ ਜਿਹੜਾ ਸਿਸਟਮ ਮੈਨੂੰ ਲੱਗ ਰਿਹਾ ਕੁਛ ਨਿੱਕੇ ਹੁੰਦਿਆਂ ਮੈਂ ਦੇਖਦਾ ਹੀ ਆ ਰਿਹਾ ਉਦੋਂ ਤੱਕ ਦਾ ਜਿਹੜਾ ਸਿਸਟਮ ਸੀਗਾ ਉਹ ਲੋਕ ਆਪਣੇ ਉੱਤੇ ਆਤਮ ਨਿਰਭਰ ਸੀ। ਹੁਣ ਮੈਂ ਕੀ ਦੇਖਦਾ ਪਿਆ ਵੀ ਆ ਜਿਹੜੀ ਕਣਕ ਵੀ ਮਿਲਦੀ ਆ ਚੰਗੇ ਚੰਗੇ ਜਿਹੜੇ ਮਤਲਬ ਤਗੜੇ ਲੋਕ ਨੇ ਧਨਾਟ ਲੋਕ ਜਿਹਨਾਂ ਨੂੰ ਕਹਿੰਦੇ ਆ ਜਿਹਨਾਂ ਕਿਸੇ ਚੀਜ਼ ਦੀ ਘਾਟ ਨਹੀਂ ਉਹਨਾਂ ਦੇ ਘਰ ਵੀ ਜਦੋਂ ਮੈਂ ਬੋਰੀ 'ਤੇ ਦੇਣਾ ਪੰਜਾਬ ਸਰਕਾਰ 2 ਰੁਪਏ ਕਿਲੋ ਉਹ ਮਤਲਬ ਇਹ ਨਹੀਂ ਆਪਾਂ ਕਰ ਰਹੇ ਕਿ ਜਦੋਂ ਆਪਾਂ ਇੱਕ ਜੰਗਲ ਦੇ ਵਿੱਚੋਂ ਇੱਕ ਜਾਨਵਰ ਨੂੰ ਫੜ ਕੇ ਲਿਆਉਂਦੇ ਹਾਂ ਉਹਨੂੰ ਜਦੋਂ ਅਸੀਂ ਘਰ ਦੇ ਵਿੱਚ ਪਾਲਣਾ ਸ਼ੁਰੂ ਕਰਦੇ ਹਾਂ ਤਾਂ ਉਹ ਜੰਗਲ ਵਾਲੀ ਕਹਾਣੀ ਉਹਦੀ ਖਤਮ ਹੋ ਜਾਂਦੀ ਹੈ ਉਹ ਮਤਲਬ ਅਪਾਹਜ ਜਿਹਾ ਹੋ ਜਾਂਦਾ ਇੱਕ ਤਰ੍ਹਾਂ ਦਾ ਵੀ ਉਹ ਚੱਲਦਾ ਫਿਰਦਾ ਵੀ ਅਪਾਹਜ ਆ ਉਹਨੂੰ ਤੁਸੀਂ ਚੀਜ਼ ਪਾਓਗੇ ਤਾਂ ਉਹਨੇ ਖਾਣੀ ਆ ਕੀ ਇਹ ਸਰਕਾਰਾਂ ਨੂੰ ਬਿਲਕੁਲ ਮੁਫ਼ਤ ਜਿਹੜੀ ਚੀਜ਼ ਉਹ ਕਰ ਦੇਣੀ ਚਾਹੀਦੀ ਆ ਕਿ ਨਹੀਂ ਕਰਨੀ ਚਾਹੀਦੀ? ਨਹੀਂ, ਇਹ 'ਚ ਮੈਂ ਜ਼ਰੂਰ ਕਮੈਂਟ ਕਰਦਾ ਜੋ ਸਾਡੀ ਪੰਜਾਬ ਸਰਕਾਰਾਂ ਕਰਦੀਆਂ ਨੇ। ਠੀਕ ਆ, ਜੇ ਗਰੀਬ ਵਰਗ ਦੇ ਲੋਕ ਜਿਹੜੇ ਅਪਾਹਜ ਨੇ ਜਿਨ੍ਹਾਂ ਕੋਲ ਕੋਈ ਨਹੀਂ ਹਿੰਮਤ ਹੈਗੀ ਉਹਨਾਂ ਨੂੰ ਤਾਂ ਹੈਗਾ ਫਾਇਦੇ 'ਚ ਇਹ, ਬਾਕੀ ਜਿਹੜੇ ਵਧੀਆ ਲੋਕ ਨੇ ਆਪਣਾ ਮਿਹਨਤ ਕਰਕੇ ਗੁਜ਼ਾਰਾ ਕਰਨ ਵਾਸਤੇ ਆ ਉਹਨਾਂ ਖਾਤਰ ਨਹੀਂ ਹੈਗੀ ਚਾਹੀਦੀ ਕਿਉਂਕਿ ਉਹਨਾਂ ਦੀ ਜਿਹੜੀ ਜ਼ਿੰਦਗੀ ਆ।